ਅੱਜ ਅਸੀਂ ਰੈਲੀ ਹੋ ਰਹੀ ਸੀ ਸਾਡੀ ਅਜਨਾਲੇ ਬੱਬੂ ਪੈਲਸ ਦੇ ਸਾਹਮਣੇ ਬਿਲਕੁਲ ਐਮ ਆਰ ਦੇ, ਔਰ ਸਾਡਾ ਇਹ ਲਵਲੀ ਵਰਕਰ ਹੈ, ਬਹੁਤ ਚੰਗਾ ਵਰਕਰ ਹੈ ਆਪਣਾ ਉਗਰ ਔਲਕ ਤੋਂ, ਉੱਥੋਂ ਦਾ ਸਰਪੰਚ ਹੈ ਮਲਵਈ ਧਾਰੀਵਾਲ, ਉਹਨੂੰ ਰਿਸ਼ਤੇਦਾਰ ਦੱਸਦਾ ਆਪਣਾ ਬਹੁਤ ਨਜ਼ਦੀਕੀ ਰਿਸ਼ਤੇਦਾਰੀ, ਉਹਦੇ ਭਤੀਜਿਆਂ ਨੇ ਇਹਨੂੰ ਮੁੰਡੇ ਨੂੰ ਵੱਢਿਆ, ਗੋਲੀਆਂ ਚਲਾਈਆਂ, ਗੋਲੀ ਦਾ ਵੀ ਵੇਖ ਲਓ, ਆਹ ਵੀ ਵੇਖ ਲਓ, ਸ਼ਰੇਆਮ ਇਲੈਕਸ਼ਨ ਚੱਲਣ ਡਈ ਹੈ, ਔਰ ਇਹ ਗੁੰਡਾਗਰਦੀ ਪੰਜਾਬ 'ਚ ਖਾਸ ਕਰ ਅੰਮ੍ਰਿਤਸਰ ਵਾਲੇ ਬਰਦਾਸ਼ਤ ਨਹੀਂ ਕਰਦੇ। ਅੱਜ ਅੰਮ੍ਰਿਤਸਰ ਦੇ ਵਿੱਚ ਜਦੋਂ ਇਲੈਕਸ਼ਨ ਹੋਣੀ ਹੈ ਧਾਰੀਵਾਲ, ਤੂੰ ਹਰਨਾ ਆ, ਤੂੰ ਅਜਨਾਲਿਆਂ ਵੀ ਹਰਨਾ ਆ, ਤੈਨੂੰ ਪਤਾ ਇਸ ਗੱਲ ਦਾ, ਔਰ ਤੂੰ ਖੁੱਲ੍ਹ ਦੇ ਛੱਡੀ ਇਹਨਾਂ ਗੁੰਡਿਆਂ ਨੂੰ, ਅਸੀਂ ਲੋਕਤੰਤਰ ਤਰੀਕੇ ਨਾਲ ਲੜਾਈ ਲੜਾਂਗੇ, ਅਸੀਂ ਜਾਮ ਕਰ ਦਾਂਗੇ ਅੰਮ੍ਰਿਤਸਰ ਸਾਰਾ ਜੇ ਗੁੰਡਾਗਰਦੀ ਇਸੇ ਤਰ੍ਹਾਂ ਚੱਲੀ। SSP ਸਾਹਿਬ ਵੀ ਸੁਣ ਲੈਣ, ਇਹਨਾਂ ਦੀ ਇੱਕ ਜਗ੍ਹਾ ਨਹੀਂ, ਇਹ ਬਾਰ ਬਾਰ ਦਬਕੇ ਮਾਰਦੇ ਫੋਨ ਕਰ ਕਰਕੇ ਲੋਕਾਂ ਨੂੰ, ਅਸੀਂ ਦਬਕੇ ਨਹੀਂ ਚੱਲਣ ਦੇਣੇ ਲੋਕਤੰਤਰ 'ਚ। ਆਹ ਗੋਲੀਆਂ ਦੇਖੋ, ਆਹ ਦੇਖੋ ਗੋਲ ਕੀ ਲਾਤ ਕਰਦੇ ਇਹਨਾਂ ਪੰਜਾਬ ਦੇ, ਚਿੱਟਾ ਥਾਂ ਥਾਂ ਵਿਗਣ ਡਿਆ, ਉਹ ਤੁਹਾਨੂੰ ਦੇਖਦਾ ਨਹੀਂ, ਗੋਲੀਆਂ ਚੱਲਣ ਡੀਆਂ ਨੇ, ਜਾ ਕੇ ਲੋਕਾਂ ਦੇ ਹੱਥ ਜੋੜਦੇ ਤੇ ਵੋਟਾਂ ਪਾਓ, ਆਹ ਵੋਟਾਂ ਪਾਉਣ ਲੋਕ ਤੁਹਾਨੂੰ ਅੰਮ੍ਰਿਤਸਰ ਦੇ। ਕਾਂਗਰਸ ਦੀਆਂ ਚੋਣ ਜਾਬਤਾ ਲੱਗਾ ਸਾਡੇ ਹਥਿਆਰ ਜਮਾ ਨੇ, ਸਾਡੇ ਸਾਰੇ ਜਮਾ ਨੇ, ਸਾਡੇ ਜਮਾ ਨੇ, ਇਹ ਸਰਕਾਰ ਦੇ ਸਾਰੇ। ਕੀ ਨਾਮ ਆ, ਕੀ ਗੱਲਬਾਤ? ਮੇਰਾ ਨਾਮ ਲਵਲੀ ਕੁਮਾਰ ਜੀ, ਪਿੰਡ ਉਗਰੋਲਖ ਜੀ। ਮੈਂ ਭਾਅ ਜੀ ਇੱਥੇ MLA ਸਰਦਾਰ ਹਰਪ੍ਰਤਾਪ ਸਾਹਿਬ ਇੰਗਲਾ ਸਾਹਿਬ ਨੇ ਰੈਲੀ ਓਜਲਾ ਸਾਹਿਬ ਬਣਾਉਣਾ ਸੀ, ਅਸੀਂ ਆਪਣੇ ਉੱਥੋਂ ਮੈਂ ਆਇਆ ਸੀਗਾ ਇੱਥੇ ਆ ਕੇ ਰੈਲੀ 'ਚ, ਰੈਲੀ ਭੁਗਤਾ ਰਹੇ ਸੀ, ਓਜਲਾ ਸਾਹਿਬ ਲੇਟ ਹੀ, ਮੈਂ ਬਾਹਰ ਪਾਣੀ ਪੀਣ ਆਇਆ, ਇਹ ਕਿਤੇ ਮੇਰੇ ਮਗਰ ਕਦੇ ਮੇਰਾ ਟਾਈਮ ਨੂੰ ਚੁੱਕਦੇ ਫਿਰਦੇ ਮੁੰਡੇ 'ਚ, ਨਾਲ ਇਹਨਾਂ ਕੋਲ ਦੋ ਗੱਡੀਆਂ, ਇੱਕ ਔਡੀ ਗੱਡੀ ਸੀ, ਇੱਕ ਬਰੀਜਾ ਗੱਡੀ। ਮੈਂ ਜਦੋਂ ਰੋਹ ਪਿੰਡਾ ਰੋਡ 'ਤੇ ਉੱਤਰਦਾ, ਸਾਰੀ ਮੇਰੇ ਇਹਨੇ ਕਿਰਪਾਨਾਂ ਬਾਨੀਆਂ ਚਾਲੂ ਕਰਤੀਆਂ, ਨਾਲ ਇਹਨਾਂ ਫਾਇਰ ਮਾਰਿਆ, ਉਹਨੇ ਜਦੋਂ ਮੈਂ ਕਿਰਪਾਨ ਆ ਜੀ ਭਾਅ ਜੀ ਉਹਨਾਂ ਦੀ ਖੋਈ, ਮੈਂ ਆਖੋ ਉਹਨਾਂ ਦੀ ਗੱਡੀ ਸੀ, ਤਿੰਨਾਂ ਜਾਣੇ ਕੋਲ, ਦੋ ਜਣੇ ਕੋਲ ਪਿਸਤੌਲ ਸੀ, ਸਰਤਾਜ ਕੋਲ ਅਮਨ ਕੋਲ, ਅਮਨ ਨੇ ਮੇਰੇ ਫਾਇਰ ਮਾਰਿਆ ਜੀ, ਮੇਰੀ ਬਾਂਹ 'ਤੇ ਲੱਗਾ ਜੀ, ਅਤੇ ਕਿਰਪਾਨ ਮਾਰੀ ਇਹਨੇ ਮੇਰੇ, ਭਾਗੇ ਮੈਂ ਭੱਜ ਕੇ ਬਾਅਦ 'ਚ ਆਪਣੇ ਸਾਰੇ ਉੱਥੇ ਸੱਜਣ ਇਕੱਠੇ ਹੋ ਗਏ, ਫਿਰ ਉਹ ਬੰਦੇ ਗੱਡੀ ਲੈ ਕੇ ਭੱਜ ਗਏ। ਇਹ ਸਾਰੇ ਸੁਖਦੇਵ ਸਿੰਘ ਮਲਵਈ ਨਾਲ ਉਹਨਾਂ ਦੇ ਖੁਦ, ਜਿਹੜੇ ਕਰਕੇ ਅੱਗੇ ਵੀ ਮੇਰਾ ਨਾਲ ਪਰਚਾ ਚੱਲਦਾ, ਮੈਨੂੰ ਜਦੋਂ ਨਹੀਂ ਕਹਿੰਦਾ ਮੈਂ ਤੈਨੂੰ ਮਰਾ ਦੇਣਾ, ਮੈਂ ਮਰਾ ਦੇਣਾ, ਅੱਗੇ ਵੀ ਮੇਰੀ ਇਹਨਾਂ ਨਾਲ ਪਰਚਾ ਚੱਲਦਾ, ਮੇਰੀ ਸੁਪਰੀਮ ਕੋਰਟ 'ਚ ਜ਼ਮਾਨਤ ਹੋ ਗਈ, ਇਹਨਾਂ ਬੰਦਿਆਂ ਦੀਆਂ ਜ਼ਮਾਨਤ ਨਹੀਂ ਆਈਆਂ, ਦੇਖ ਲਓ ਤੁਸੀਂ ਜਾ ਕੇ ਇਹਨਾਂ ਦੇ 55-23 ਮੁਕਦਮਾ ਇਹਨਾਂ ਦੀਆਂ ਜ਼ਮਾਨਤ ਨਹੀਂ ਆਈਆਂ। ਇਹਨੇ ਮੈਨੂੰ ਅੱਗੇ ਵੀ ਮੈਨੂੰ 2-3 ਚੈਲੇਂਜ ਕੀਤਾ, ਮੇਰੇ ਗੱਲ ਪਵਾਏ ਬੰਦੇ ਅੱਗੇ ਵੀ ਇਹਨਾਂ ਨਾਲ ਹੱਥੋਂ ਪਾਈ ਹੋਈ ਆ, ਹੁਣ ਫਿਰ ਆ ਗਿਆ ਅੱਜ ਮੈਨੂੰ ਵਧੀਕੀ ਕਹਦੀ ਸ਼ਰੇਆਮ ਰੈਲੀ ਦੇ ਵਿੱਚ, ਉਹ ਚੀਜ਼ ਆ ਕੋਈ, ਬਸ ਇਲੈਕਸ਼ਨ ਦੀ ਉਹਨਾਂ ਕੋਲ ਬਰਦਾਸ਼ਤ ਨਹੀਂ ਹੁੰਦਾ, ਇੱਕ ਕੋਈ ਪਿੰਡ ਇਹਨਾਂ ਦੇ ਆਖੇ ਨਹੀਂ ਲੱਗਦਾ ਭਾਅ ਜੀ ਵੋਟ ਕੋਲੋਂ ਭਾਅ ਜੀ, ਇੰਨਾ ਮੈਂ ਨਹੀਂ ਜਾਣਦਾ, ਉੱਥੇ ਸਾਰਿਆਂ ਨੇ ਮੌਕੇ 'ਤੇ ਬੰਦਿਆਂ ਨੇ ਵੇਖਿਆ, ਦੋਵਾਂ ਜਾਣੇ ਕੋਲ ਪਿਸਤੌਲ ਸ਼ਰੇਆਮ ਗੋਲੀਆਂ ਖੋਲ, ਇਹਨਾਂ SHO ਸਾਹਿਬ ਨੂੰ ਆਪਾਂ ਬਰਾਮਦ ਕਰਤਾ ਉੱਥੇ ਜੀ ਭਾਅ ਜੀ। ਭਾਅ ਜੀ ਆਖੋ ਭਾਅ ਜੀ ਇੱਧਰ, ਆਹ ਸਾਰੀ ਉਂਗਲ 'ਚ ਇੱਥੇ ਵੱਜ ਕੇ ਗੋਲੀ ਲੰਘੀ ਹੈ ਜੀ, ਆਹ ਮੇਰੇ ਇੱਥੇ ਕਿਰਪਾਨ ਵੱਜੀ ਹੈ ਜੀ, ਠੀਕ ਹੈ ਜੀ। ਮੈਂ ਉਹਨਾਂ ਕੋਲ ਮੈਂ ਮੰਗ ਇਹੋ ਕਰਦਾ ਜੀ ਭਾਅ ਜੀ, ਕਿ ਉਹ ਕੋਈ ਝੂਠਾ ਫਕੂਗਾ ਨਾ ਬਣਾਵੇ, SSP ਸਾਹਿਬ ਨੂੰ ਅੱਗੇ ਵੀ ਪਤਾ ਮੈਂ ਇੱਥੇ ਝੂਠਾ ਫਕੂਗਾ ਬਣਾ ਕੇ ਨਾ ਪਰਚਾ ਦਰਜ ਕਰਾਇਆ। ਮੈਂ ਮਾਨਯੋਗ SSP ਸਾਹਿਬ ਕੋਲ ਬੇਨਤੀ ਕਰਦਾ ਵੀ ਇਹਨਾਂ 'ਤੇ ਬਣਦੀ ਕਾਰਵਾਈ, ਇਹਨਾਂ ਨੂੰ ਅਰੈਸਟ ਕੀਤਾ ਜਾਵੇ, ਇਹਨਾਂ 'ਤੇ ਜੋ ਵੀ ਮੇਰੇ 'ਤੇ ਪਹਿਲਾਂ ਝੂਠਾ ਪਰਚਾ ਕੀਤਾ ਉਹ ਵੀ ਇਹਨਾਂ ਦੇ ਉਲਟ ਪਾਇਆ ਜਾਵੇ, SSP ਸਾਹਿਬ ਨੂੰ ਮੌਜੂਦਾ ਪਤਾ ਵੀ ਮੇਰੇ 'ਤੇ ਝੂਠਾ ਪਰਚਾ ਆ। ਇਨਫੋਰਮੇਸ਼ਨ ਆਈ ਸੀ ਵੀ ਅਜਨਾਲਾ ਭੱਖਾ ਹਰੀ ਸਿੰਘ ਵਾਲਾ ਨਾ MR ਪੈਲਸ ਲਾਗੇ ਸੜਕ ਦੇ ਉੱਤੇ ਕੁਝ ਬੰਦਿਆਂ ਦੇ ਝਗੜਾ ਆਇਆ ਵਾ, ਜਿਹਦੇ ਸੰਬੰਧੀ ਪਤਾ ਲੱਗਾ ਵੀ ਉੱਥੇ ਗੋਲੀ ਵੀ ਚੱਲੀ ਆ। ਅਸੀਂ ਮੌਕੇ 'ਤੇ ਪੁੱਜੇ ਸੀਗੇ ਅਤੇ ਲਵਲੀ ਨਾਂ ਦਾ ਮੁੰਡਾ ਵਾ ਉਗਰੇਵਾਲ ਦਾ, ਜਿਹਦੇ ਗੋਲੀ ਲੱਗੀ ਆ, ਉਹ ਸਿਵਲ ਹਸਪਤਾਲ ਦਾਖਲ ਹੈ, ਅਸੀਂ ਇੱਥੇ ਮੌਕੇ 'ਤੇ ਆਏ ਹਾਂ, ਮੌਕੇ 'ਤੇ ਅਗਲੀ ਕਾਰਵਾਈ ਜੋ ਬਣਦੀ ਹੋਈ ਕਾਨੂੰਨੀ ਕਾਰਵਾਈ ਕੀਤੀ ਜਾਏਗੀ। ਮੁੱਢਲੀ ਜਾਂਚ ਪਤਾ ਲੱਗਾ ਕੀ ਕਾਰਨ ਹੈ, ਕਿਉਂ ਗੋਲੀਆਂ ਚੱਲੀਆਂ? ਕਾਰਨ ਤਾਂ ਇਹਨਾਂ ਦੀ ਆਪਸੀ, ਪਹਿਲਾਂ ਵੀ ਪਤਾ ਲੱਗਾ ਕਿ ਆਪਸੀ ਇਹਨਾਂ ਦੀ ਰੰਜਿਸ਼ਬਾਜੀ ਹੈਗੀ, ਇਹਨਾਂ ਦੀ ਪਹਿਲਾਂ ਵੀ ਚੱਲ ਰਹੀ ਆਪਸ 'ਚ। CCTV ਕੈਮਰੇ ਤੁਸੀਂ ਵੇਖਿਆ, ਵੀਡੀਓ ਦੇਖੀ ਆ, ਕਿੰਨੇ ਜਾਣੇ ਸੀ? ਨਹੀਂ ਫਿਲਹਾਲ CCTV ਕੈਮਰੇ ਘਾ ਲਏ ਨੇ, ਬਾਕੀ ਫੋਰਸ, ਮੈਂ ਖੁਦ ਮੌਕੇ 'ਤੇ ਇੱਥੇ ਆਇਆ ਅਤੇ ਮੌਕੇ 'ਤੇ ਆਣ ਕੇ ਦੇਖਿਆ, ਇਹਨੂੰ ਪੇਸ਼ੈਂਟ ਨੂੰ ਦਾਖਲ ਕਰਾਇਆ, ਜਿਹੜੀ ਅਗਲੀ ਕਾਰਵਾਈ ਹੋਊਗੀ ਜੋ ਮੈਡੀਕਲ ਰਿਜ਼ਲਟ ਹੋਊਗਾ ਉਹਦੇ ਮੁਤਾਬਕ ਕਾਰਵਾਈ ਕੰਮ 'ਚ ਲਿਆਉਂਦੀ ਜਾਏਗੀ। ਲੱਗਾ ਕਿਹੜੇ ਹਥਿਆਰ ਸੀ, ਕਿਉਂਕਿ ਹਥਿਆਰ 'ਤੇ ਜਮ੍ਹਾਂ ਕਰਾਏ ਗਏ? ਨਹੀਂ ਇਹਨਾਂ ਦੇ ਕਹਿਣ ਦੇ ਮੁਤਾਬਕ ਇਹ ਆ ਵੀ ਗੋਲੀ ਚੱਲੀ ਮੌਕੇ 'ਤੇ, ਠੀਕ ਹੈ, ਹੁਣ ਗਾਂਹ ਵੈਰੀਫਾਈ ਕਰਾਂਗੇ ਅਤੇ ਤੀਜਦਾਨ ਵੀ ਕੀ ਅਸਰ ਘਣੀ ਕੀ ਹੈ ਜੀ। ਮੁੱਢਲੀ ਜਾਂਚ ਕਿੱਥੇ ਕਿੱਥੇ ਉਹਦੇ ਸੱਟਾਂ ਲੱਗੀਆਂ, ਕਿੱਥੇ ਗੋਲੀ ਲੱਗੀ? ਨਾ ਮੁੱਢਲੀ ਜਾਂਚ ਤੋਂ ਪਤਾ ਲੱਗਾ ਵੀ ਸੱਜੀ ਬਾਂਹ 'ਤੇ ਕਹਿ ਰਿਹਾ ਗੋਲੀ ਲੱਗੀ ਆ ਇੱਕ, ਅਤੇ ਇੱਕ ਖੱਬੇ ਹੱਥ ਦੇ ਉੱਤੇ ਉਂਗਲਾਂ ਦੇ ਉੱਤੇ ਕੋਈ ਟੱਪ ਟੁੱਪ ਲੱਗੇ ਹੋਏ ਆ।
ਉਹ ਮੈਡੀਕਲ ਹੁਣ ਡਾਕਟਰ ਸਾਹਿਬ ਕੱਢਣਗੇ ਵੀ ਸੱਟਾਂ ਕਿੰਨੀਆਂ ਡੂੰਘੀਆਂ ਨੇ, ਉਹਦਾ ਐੱਮ ਐੱਲ ਆਰ ਰਿਜ਼ਲਟ ਕੀ ਹੁੰਦਾ। ਰਿਜ਼ਲਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਅਮਲ 'ਚ ਬਿਆਨ ਲਿਖ ਕੇ ਪਰਚਾ ਦਿੱਤਾ ਜਾਵੇ।